pica sem ter dado o câmbio. E eu quero aí. Tela de olho e parte. Assalha haber Mane Sayyidan Saadi gairat nahi Oye tak pondi ਰੰਗ ਬਹਿ ਜਾ ਕਾਲੇ ਟੁਰ ਗਏ ਨੇ ਹੁਣ ਅਸਾਂ ਰਾਹ ਪਰ ਮੰਨਿਆ ਹੈ ਸਈਦਾਂ ਨੂੰ ਸਾਡੀ ਗੈਰਾਂ ਤੇ ਨਹੀਂ ਤੱਕ ਪਾਉਂਦੀ ਸਈਦਾਂ ਨੂੰ ਇੰਜ ਮੰਨੋ ਜਿਵੇਂ ਜਨਾਬ ਸਲਮਾਨ ਇੱਕ ਬੰਦੇ ਪੁੱਛਿਆ ਸਲਮਾਨ ਨੇ ਦੱਸ ਅਲੀ ਅਲੈਹ ਸਲਾਮ ਦਾ ਦਰਵਾਜ਼ਾ ਲੱਕੜੀ ਦਾ ਕਿ ਲੋਹੇ ਦਾ ਮੂੰਹ ਤੇ ਚਾਟ ਮਾਰ ਕੇ ਦਿਨ ਤੌਬਾ ਕਰ ਦਰਵਾਜ਼ੇ ਨਾਲ ਮੈਂ ਕਦੀ ਡਿੱਠਾ ਨਹੀਂ تو میں چونکہ اتو منیا شاباش ਰਿਜ਼ਵਾਨ ਜੰਨਤ ਰੋਕਿਆ ਅਸਾਂ ਕਿਹਾ ਕਿੱਧਰ ਉਹਨੇ ਆਖਿਆ ਜੰਨਤ ਵਿੱਚ ਕੀ ਕਰ ਬੈਠੇ ਉਹਨੇ ਆਖਿਆ ਨਮਾਜ਼ਾਂ ਪੜੀਆਂ ਨੇ ਰੋਜ਼ੇ ਰੱਖੇ ਨੇ ਜ਼ਕਾਤਾਂ ਦਿੱਤੀਆਂ ਨੇ ਕੱਪੜੇ ਕਦੀ ਪੂਰੇ ਨਹੀਂ ਪਾਏ ਅਗਰ ਜੰਨਤ ਸਾਡੀ ਨਹੀਂ ਲੱਗਦੀ ਰਿਜ਼ਵਾਨ ਜੰਨਤ ਆਖਿਆ ਸਾਈਡ ਤੇ ਹੋ ਜਾਓ ਉੱਥੇ ਖਲੋ ਜਾਓ ਕੰਧ ਦੇ ਨਾਲ ਲੱਗ ਕੇ ਅਜੇ ਤੁਹਾਡੇ ਤੋਂ ਕੁਝ ਪੁੱਛਣਾ ਤੇਰੀ ਨਸਲ ਦਾ ਵੀ ਕੋਈ ਗਿਆ ਜੰਨਤ ਤੂੰ ਕਰ ਕੇ ਬੈਠਾ ਜਿਹੜੇ ਵੇਲੇ ਰਿਜ਼ਵਾਨੇ ਜੰਨਤ ਆਖਿਆ ਕਰ ਕੇ ਬੈਠਾ ਕੁੱਤਾ ਇਹਦੇ ਪਾਸੇ ਵੇਖ ਕੇ ਆਦ ਹੈ ਮੈਂ ਨਮਕ ਨਹੀਂ ਕੀਤੀ ਮੈਂ ਭੇਦ ਕਿਸੇ ਖੋਲਿਆ ਨਹੀਂ ਮੇਰੇ ਗਲ ਹੈ ਤਮਗਾ ਜ਼ੁਰਤ ਦਾ ਗੱਲ ਕਰਨੇ ਮੇਰੀ ਬੰਦਿਆਂ ਤੇ ਨਹੀਂ ਇੱਕ ਮਲੰਗ ਨੇ ਮਜਲਸ ਵਿੱਚ ਐਲਾਨ ਕਰਵਾਇਆ ਹੈ ਮੈਨੂੰ ਚੰਦਾ ਦਿਓ ਮੈਂ ਹੁਸੈਨ ਦੀ ਕਬਰ ਦੀ ਜ਼ਵਾਰੀ ਕਰਨੀ ਕੋਈ ਬੰਦਾ ਸੁਣਦਾ ਸੀ ਵੀ ਉਹਨਾਂ ਦਾ ਮਲੰਗਾਂ ਨਾਲ ਅਕਸਰ ਵੈਰ ਹੁੰਦਾ ਹੈ ਪਤਾ ਤਾਂ ਹੈ ਤੁਹਾਨੂੰ ਕਿਹੜੇ ਉਸ ਬਾਂਹ ਤੋਂ ਫੜ ਲਿਆ ਉਸਾਂ ਕਿਹਾ ਚੰਦੇ ਮੰਗ ਕੇ ਜੋ ਜਾਣਾ ਹੀ ਜ਼ਵਾਰੀ ਤੇ ਸਾਰੇ ਪੈਸੇ ਤੈਨੂੰ ਮੈਂ ਦਿੰਦਾ ਛੱਡ ਜ਼ਵਾਰੀ ਹੱਜ ਕਰ ਇਹਦੇ ਪਾਸੇ ਵੇਖ ਕੇ ਮਲੰਗਾ ਤੇ ਐ ਮੌਲਵੀ
सुन मेरी असर सरकार दे यारी तो आज वास्ते मैं हदाए बंद कर ले पाक सवारी तो एक बार जो करबल ओंधी अर्श ते सलवात रख के पढ़ लो सारे मिल के आ रहे इंज नहीं जाग के पढ़ो ऊंचे आवाज में सलवात सारे पारा ने हुक्म दिता है कसीदे दा एक शेरों का पढ़ के मैं मसाहिब पढ़ना इन्नी ड्यूटी मेरी कबूल कर जिंदगी रही तो चलो मुलाकात पाक रसूल दी हदीस है मन जार अल हुसैन फकत जारनी व मन जारनी फकत जार अल्लाह जिन्हें हुसैन दी जवारी की थी उस मेरी जवारी की और जिस मेरी जियारत की थी उस अल्लाह दी जियारत की एक और हदीस पाक रसूल दी जड़ा एक दफा करबला दी जवारी करे उन्हु सत्तर कबूल हज्जा दा सवाब और आम हज्जा नहीं मासूम फरमांदे ने ओ हज्जा जिन्हां च असी भी मोमन दे नाल शामिल पंजवें सरकार फरमा रहे सन एक बंदे आख्या सरकार बस सरकार फरमाया बस नहीं जदों घरों टुरदा है कदम कदम ते सत्तर हज्जा तक सवा उस आख्या सखी बस सरकार फरमाया सा सा ना ਸਾ ਕਿਆ ਸਖੀ ਬਸ ਸਰਕਾਰ ਫਰਮਾਇਆ ਫਿਰ ਤੂੰ ਸਾਨੂੰ ਉਹਨਾਂ ਦੇ ਸਿਰ ਤੇ ਨਹੀਂ ਸਮਝ ਅਸੀਂ ਉਹਨਾਂ ਵਾਸਤੇ ਹਾਂ ਅਸੀਂ ਉਹਨਾਂ ਦੀ ਸ਼ਫਾਅਤ ਵਾਸਤੇ ਤੋ ਬਾਦਸ਼ਾਹਾਂ ਦੀ ਜ਼ਵਾਰੀ ਹੁਸੈਨ ਸਰਦਾਰ ਦੀ ਜ਼ਵਾਰੀ ਉਹ ਜਗ੍ਹਾ ਹੈ ਕਰਬਲਾ ਜਿੱਥੇ ਕਾਬਾ ਵੀ ਆਉਂਦਾ ਜ਼ਵਾਰੀ ਕਰ ਕਾਬੇ ਵਾਲੇ ਜੋ ਆਉਂਦੇ ਨੇ ਅੱਲਾਹ ਨਹੀਂ ਕਰਬਲਾ ਚ ਉਤਰਿਆ ਮੁਰਸ਼ਦ ਅਲੀ ਨਹੀਂ ਜ਼ਵਾਰੀ ਲਈ ਪੁੱਤਰ ਦੀ ਆਉਂਦੇ ਕਾਬਾ ਪਿੱਛੇ ਰਹਿ ਗਏ ਕਾਬੇ ਦੇ ਮਾਲਕ ਆਉਂਦੇ ਤਾਂ ਫਿਰ ਜ਼ਵਾਰੀ ਹੁਸੈਨ ਦੀ ਸਭ ਤੋਂ ਅਫਸਲ ਇਬਾਦਤ ਹੈ ਛੋਟੀ ਜਿਹੀ ਗੱਲ ਕਰਕੇ ਮੈਂ ਕਸੀਦੇ ਦਾ ਸ਼ੇਰ ਪੜ੍ਹ ਲੱਗਾ ਮਦੀਨੇ 'ਚ ਇੱਕ ਬੱਚਾ ਪੈਦਾ ਹੋਇਆ ਉਹਦੀ ਮਾਂ ਮੋਮਨਾ ਸੀ ਪਿਓ ਨਹੀਂ ਸੀ ਮੋਮਨ ਮਾਂ ਕੇ ਬੱਚਾ ਹਲਾਲ ਦਾ ਪਿਓ ਨਾ ਮੰਨੇ ਦੋਵਾਂ 'ਚ ਝਗੜਾ ਹੋ ਗਿਆ ਗੱਲ ਤਲਾਕ 'ਤੇ ਆ ਗਈ ਉਹਦੀ ਬੀਵੀ ਆਖਿਆ ਤਲਾਕ ਨਾ ਦੇ ਉੱਥੋਂ ਪੁੱਛਨੇ ਆ ਜਿੱਥੋਂ ਮੈਂ ਮੰਗ ਕੇ ਲਿਆ ਪੁੱਤਰ ਨੂੰ ਜਾ ਕੇ ਪਾਕ ਰਸੂਲ ਦੇ ਦਰਬਾਰ ਵਿੱਚ ਆਏ ਆ ਕੇ ਮਸਲਾ ਪੇਸ਼ ਕੀਤਾ ਅਜੇ ਪਾਕ ਰਸੂਲ ਬੋਲੇ ਨਹੀਂ ਜਦ ਦਰਬਾਰ ਵਿੱਚ ਹੁਸੈਨ ਇਬਨ ਅਲੀ ਦਾਖਲ ਹੋਇਆ ਸਰਕਾਰ ਫਰਮਾਉਂਦੇ ਨੇ ਹੁਸੈਨ ਜੀ ਨਾ ਨਾ ਇਸ ਬੱਚੇ ਦੀ ਮਾਂ ਦੀ ਇਹ ਬੱਚਾ ਹਲਾਲ ਦਾ ਹੈ
ਇਹਦਾ ਪਿਓ ਨਹੀਂ ਮੰਨਦਾ। ਹੁਸੈਨ ਤੁਸਾਂ ਦੱਸੋ ਨਾ, ਤੁਸਾਂ ਦੱਸੋ ਬੱਚਾ ਹਲਾਲ ਦਾ ਹੀ ਆ ਨਹੀਂ। ਹੁਸੈਨ ਬਾਦਸ਼ਾਹ ਬੱਚੇ ਦੇ ਪਾਸੇ ਟੁਰੇ, ਬੱਚਾ ਮਾਂ ਦੀ ਝੋਲੀ 'ਚ ਤੜਪਿਆ, ਨਜ਼ਦੀਕ ਆਏ ਨੂੰ ਉਸ ਝੋਲੀ 'ਚੋਂ ਡਹਿ ਕੇ ਕਦਮਾਂ 'ਤੇ ਹੱਥ ਰੱਖੇ। ਅੱਜ ਬੱਚੇ ਨੂੰ ਚਾਹ ਕੇ ਨਾ ਭਾਜੀ, ਹੁਸੈਨ ਬਾਦਸ਼ਾਹ ਮੱਥਾ ਚੁੰਕਿਆ, ਦਿਨ ਅਸਲ ਹਲਾਲ ਦਾ, ਮੇਰੀ ਜ਼ਵਾਰੀ ਸਿਰਫ ਹਲਾਲ ਜ਼ਿਆਦਾ ਹੀ ਕਰ ਸਕਦੀ। ਮੇਰੇ ਮੌਲਾ ਦੀ ਜ਼ਵਾਰੀ ਜਿਸ ਕੀਤੀ ਛੱਡੋ ਇਹਨਾਂ ਦਾ ਖਿਆਲ, ਕੋਈ ਗੱਲ ਨੀ, ਬੱਚੇ ਨੇ ਕੋਈ ਨੀ ਗੱਲ ਖਲੇ ਨੇ ਤੇ ਕਿਉਂ ਨਾਲ ਵੇਂਦੇ ਤੁਸੀਂ। ਮੇਰੇ ਮੌਲਾ ਦੀ ਜ਼ਵਾਰੀ ਜਿਸ ਕੀਤੀ ਖੰਡਕ ਦਾ ਮੈਦਾਨ ਅਸਲੀ ਕੁੱਤਾ ਅਮਰ ਇਬਨ ਅਬਦ ਅਸਲ ਕੁੱਤਾ ਉਹ ਹੀ ਹੈ ਨਾ ਜਿਹੜਾ ਸਜਦਾ ਦੇ ਬੂਹੇ ਤੇ ਉੱਚਾ ਪੌਂਕੇ। ਪਾਕ ਰਸੂਲ ਦੇ ਖੈਮੇ ਚ ਨੇੜਾ ਮਾਰ ਕੇ ਅਜੇ ਮੁਹੰਮਦ ਹੋਰ ਕੋਈ ਨੀ ਤੇ ਆਪ ਆ ਜਾ। ਉਸ ਵੇਲੇ ਪਾਕ ਰਸੂਲ ਫਰਮਾਇਆ, ਹੈ ਕੋ ਜਿਹੜਾ ਇਸ ਕੁੱਤੇ ਦੀ ਜ਼ਬਾਨ ਨੂੰ ਬੰਦ ਕਰੇ, ਤੇ ਜਿਹਨੂੰ ਪਾਕ ਰਸੂਲ ਕੁੱਤਾ ਆਖਿਆ ਕਨਫਰਮ ਕੁੱਤਾ ਦਾ ਉਹ ਹੀ ਹੈ। ਇਸ ਤੋਂ ਜਿਹਦਾ ਆਖਿਆ ਮੁਹੰਮਦ ਆਪ ਨਹੀਂ ਆ ਸਕਦਾ ਤੇ ਉਸ ਅੱਲਾ ਨੂੰ ਭੇਜ, ਅੱਜ ਦੀਆਂ ਤਾਰੀਫਾਂ ਸਾਰਿਆਂ ਅੱਗੇ ਕਰਨਾ, ਉਸ ਖੁਦਾ ਨੂੰ ਭੇਜ। ਉਸ ਵੇਲੇ ਪਾਕ ਰਸੂਲ ਅਲੀ ਦੇ ਪਾਸ ਵੇਖਿਆ, ਦਿਨ ਸਜਦਾ ਜੋ ਪਿਆ ਉੱਠਦਾ ਕਿਉਂ ਨਹੀਂ। ਮੇਰੇ ਜਵਾਨ ਨੂੰ ਭੇਜਿਆ ਅਲੀ ਬਾਦਸ਼ਾਹ ਦੇ ਪਾਸੇ ਵੇਖ ਕੇ ਫਰਮਾਉਂਦੇ, ਮੇਰੇ ਤੋਂ ਬਚ ਲਈ ਸਭ ਤੋਂ ਸੋਹਣੇ ਪੁੱਤਰ ਇਹੋ ਸੈਨ ਦਾ ਉਹ ਲਾਡਲਾ ਪੁੱਤਰ ਭਾਜੀ, ਆਖਰੀ ਵੇਲੇ ਜਿਹੜਾ ਅੰਮਾ ਕੋਲ ਨਹੀਂ ਗਿਆ, ਜਿਸ ਆਖਿਆ ਅੰਮਾ ਆਪ ਸਦਨਾ ਤੇ ਮੈਂ ਆਉਣ, ਜਿਹਨੂੰ ਜ਼ਹਰਾ ਨੇ ਕਫਨ ਵਿੱਚੋਂ ਹੱਥ ਬਾਹਰ ਕੱਢ ਕੇ ਆਖਿਆ ਮੇਰਾ ਲਾਲ ਹੁਸੈਨ। ਰੋਵਣਾ ਰੁਵਾਵਣਾ ਆਪਣੇ ਵਕਤਾਂ ਦਾ, ਨਾ ਕਿਸੇ ਜ਼ਾਕਰ ਦਾ ਮੋਮਨ ਮੁਹਤਾਜ ਏ, ਨਾ ਕਿਸੇ ਜਗ੍ਹਾ ਦਾ ਮੁਹਤਾਜ ਏ, ਜਿਹਦੇ ਦਿਲ ਚ ਹੁਸੈਨ ਸਰਦਾਰ ਦੀ ਕਬਰ ਹੋਵੇ, ਉਹਨੂੰ ਕਿਸੇ ਜਗ੍ਹਾ ਦੀ ਲੋੜ ਨਹੀਂ ਰੋਵਣ ਵਾਸਤੇ। ਇਹ ਅੱਖਾਂ ਸ਼ਾਇਦ ਬਣੀਏ ਹੁਸੈਨ ਸਰਦਾਰ ਨੂੰ ਰੋਣ ਵਾਸਤੇ, ਤਰਸ ਦੀ ਗਈ ਹੈ ਅਲੀ ਦੀ ਧੀ ਨਵੀਰ ਨੂੰ ਰੋਵਾਂ। ਕਾਇਨਾਤ ਵਿੱਚ ਵੇਖਿਆ ਜੀ ਕਦੀ ਰਾਹ ਦੀ ਲਾਸ਼ ਪਈ ਹੋਵੇ,
ਤੇ ਭੈਣ ਨੂੰ ਕੋੜਾ ਮਾਰ ਕੇ ਬੰਦਾ ਆਖੇ ਉੱਠ ਇੱਥੋਂ ਰੋਣੀ ਕਿਉਂ। ਮੈਂ ਕਹਿਣਾ ਹੱਥ ਚ ਕਿਧਰੇ ਨਹੀਂ ਹੈ ਜਦੋਂ ਇਹੋ ਜਿਹਾ ਜ਼ੁਲਮ ਹੁਸੈਨ ਨਾਲ ਹੋਏ, ਇਹੋ ਜਿਹਾ ਜ਼ੁਲਮ ਅਲੀ ਦੀਆਂ ਧੀਆਂ ਦੇ ਪੁੱਤਰਾਂ ਨਾਲ ਹੋਏ। ਮੈਂ ਕੀ ਪੜਾ, ਬਸ ਚੰਦ ਮਿੰਟ ਪੜ੍ਹ ਕੇ ਮੈਂ ਸਲਾਮ ਲੱਤਾ ਬਖਰ ਖਲੀਲ ਦਾ, ਲੱਤਾ ਬਖਰ ਖਲੀਲ ਦਾ ਮਕਤਲ ਵਿੱਚੋ ਕਈ ਇਸਮਾਇਲ ਕੋ ਹਾ ਕੇ, ਇੱਕ ਨਹੀਂ ਕਈ ਬਹੁ ਔਖਾ ਉੱਠੇ ਸ਼ਾਹ ਵੱਲ ਚੜੇ ਯਾਰ ਨਾਮ ਅੱਬਾਸ ਦਾ, ਅੱਬਾਸ ਜੀ 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 ਇਹੋ ਹੱਕ ਹੈ ਹੁਸੈਨ ਰਬੜ ਦਾ ਜਿਵੇਂ ਰੋਂਦੇ ਬੈਠੇ ਸਵਾਏ ਨਾਜਵਾਨ ਦਾ ਰਾਹ ਦਾ ਚੰਨ ਕੋਈ ਦੁੱਖ ਨਾ ਨਹੀਂ। ਲੱਤਾ ਫਖਰ ਖਲੀਲ ਦਾ ਮਕਤਲ ਵਿੱਚ ਤੇ ਕਈ ਇਸਮਾਇਲ ਕੁਹਾਕੇ ਬਹੁ ਔਖਾ ਉੱਠੇ ਸ਼ਾਹ ਵੱਲ ਚੜੇ ਯਾਰੋ ਨਾਮ ਅੱਬਾਸ। ਰਾਜੀ ਦੇ ਆਸਰੇ ਤੇ ਭੈਣਾ ਜੰਗਲਾਂ ਚ ਗਿਣਨਾ ਆ ਹੋਰ ਨਾ ਪੜਾ ਤੁਹਾਡੇ ਪਿੱਟਰ ਵਾਸਤੇ ਪੱਥਰਾਂ ਤੇ ਤੀਰਾਂ ਦਾ ਜ਼ਖਮੀ ਸਹੀ ਤੇ ਯਾਰੋ ਰੇਤ ਗਰਮ ਤੇ ਬਹਿ ਗਏ ਨਹੀਂ ਜੇ ਤਈ ਖੰਜਰ ਗਲ ਤੇ ਆਇਆ ਸ਼ਾਹ ਭੈਣ ਦੁੱਡ ਲਹਿ ਗਈ ਅਜੇ ਸਦਕੇ ਜਾਵਾਂ ਇਹੋ ਹੱਕ ਰੋਣ ਦਾ ਪੁੱਤਰ ਮਾਰ ਗਏ ਪੜਾ ਨਾ ਤੂੰ ਜੁਮਲੇ ਧੀਰਾ ਮਾਰ ਗਏ ਬਤਰੀਜੇ ਮਾਰ ਗਏ ਹੱਦ ਮੁੱਕ ਗਈ ਹੁਸੈਨ ਦੇ ਮਹਿਮਾਨ ਹੀ ਮਾਰ ਗਏ ਕੱਲਾ ਰਹਿ ਗਏ ਵੇਣੀ ਦੇ ਬੂਹੇ ਤੇ ਆਣ ਖੜੋ ਦੋਵੇਂ ਅੱਤ ਮੱਤੇ ਤਰਕ ਫਰਮੇ ਦੇ ਨੰਮਾਂ ਦੀਆਂ ਜਾਈਆਂ ਗਰੀਬ ਹੁਸੈਨ ਦਾ ਆਖਰੀ ਸਲਾਮ ਤੂੰ ਆਰਾਮ ਨਾਲ ਸੁਣਿਆ ਮੈਂ ਆਰਾਮ ਨਾਲ ਪੜ੍ਹਿਆ ਪੁੱਛ ਬੀਬੀ ਜ਼ੈਨਬ ਨੂੰ ਜਿਹਨੂੰ ਹੁਸੈਨ ਪਿਆਦਾ ਮੇਰਾ ਆਖਰੀ ਸਲਾਮ ਤਲੀਆਂ ਤੇ ਇੱਕ ਮੇਰੀ ਹੁਸੈਨ ਉੱਠੀ ਡਰ ਤੇ ਆ ਕੇ ਆਦੀ ਅੰਦਰ ਲੰਘਾ ਮਦੀਨੇ ਦਾ ਰਹੀ ਸਵਾਲੀ ਅੰਦਰ ਲੰਘਾ ਯਸਰਫ ਦਾ ਸੁਲਤਾਨ ਸਵਾਲੀ ਉਹ ਜਬਰੀਲ ਦੇ ਪਰਾਂ ਤੇ ਸਮਨਾ ਨਾ ਸਵਾਲੀ ਉਹ ਮੁਹੰਮਦ ਦੀ ਦੋਸ਼ ਤੇ ਚੜਨਾ ਸਵਾਲੀ ਅੰਦਰ ਆ ਹੁਸੈਨ ਨਰਾਇਣ ਬੰਦ ਪੜਨ ਲੱਗਾ ਜੇ ਰਾਂਝ ਢਹਿ ਪੈ ਮੈਂ ਬੜਾ ਮਸਕੀਨ ਜਿਹਾ ਬੰਦਾ ਮੇਰੇ ਹੱਥ ਦੀ ਦੁਆ ਕਰੇ ਉਹ ਰੋਵਣ ਵਾਲੇ ਰੋਵਣਾ ਹੋ ਬੀਬੀ ਜੈਨਬ ਦੋਵੇਂ ਹੱਥ ਵਧਾ ਕੇ ਵੀਰ ਦੇ ਗਲ ਚ ਪਏ ਹੁਸੈਨ ਦੋਵੇਂ ਹੱਥ ਭੈਣ ਦੇ ਗਲ ਚ ਪਏ ਜਲਲੇ ਭੇਨ ਭਿਰਾ ਗੱਲ ਲੱਗ ਗਏ ਬੀਬੀ ਆਦੀ ਉਹਨੂੰ ਉਹ ਗੱਲ ਕਰ ਜਿਹੜੀ ਬਾਹਰ ਖਲੋ ਕੇ ਕੀਤੀ ਸੈਯਦਾ ਦਾ ਕਿਹੜੀ ਗੱਲ ਕਰਾਂ ਮੈਂ ਪਿੰਨ ਆਇਆ ਬੀਬੀ ਆਦੀ ਹੁਸੈਨ ਤੇਰੀ ਤਾਂ ਜੱਦ ਨੂੰ ਡਾਣਿਆ ਦਾ ਸਵਾਲ ਕਰਨ ਦਾ ਅੱਜ ਭੈਣ ਦੇ ਬੂਹੇ ਤੇ ਫਕੀਰ ਕਿਉਂ ਬਣਿਆ ਸੈਯਦਾ ਦਾ ਮੈਂ ਮਜ਼ਲੂਮ ਹੋ ਗਿਆ ਦੀ ਹੁਸੈਨ ਤੇਰੀਆਂ ਮਜ਼ਲੂਮੀਆਂ ਦੇ ਮੈਨੂੰ ਵੱਡੇ ਦਰਦ ਕਰ ਸਵਾਲ
سیدہ دے میری مظلومی دا جے درد اے زینب تے میں تھے ایو منت لاوے میرا آگئے وقت نماز دا زینب مینوں بھین دعا دیکھیں میرے پاس سید کی ہے پرانا کرتا چا کے دیتا حسین ہاتھ تار تار پاٹے ہوئے کپڑے پا کے زہرا دا جن پچھلے پیاری ہٹ دا خیمے دے دروازے نال کنڈ بج لگی بہن تو ویکیا دے میرا چھیکڑی بہن سلام تے تیری سنگت نو ویر چھڑے دے میرا وقت نماز دا ہو گیا اے وانج آخری سجدہ سجدہ دے نال میرے قتل تے قاتل تر گئے نے او مینوں چھڈ پیا شمر مرے دے رکھے چادر سجی ہوئی گھوڑے دی تیاری ویکھ کے حسین دی ڈھا نکل گئی سیدہ دا میرا گھوڑا تھا عباس بنے دا آئی غازی تلے گیا کہ بنا کانڈ پچھو غازی دی بھین دی رکیہ دی آواز آئی میں بنا سیدہ دا رکیہ تینو گھوڑا بنا مردہ وال نہ یاد آواز آئیے ٹھیک ہے نہ یاد مگر پچھلی رات عباس میں وکھرا لے گئے غازی میں آخیا رکیہ گھوڑا بنا مردہ وال سکھ لے کل جڑے ویلے حسین ٹرنا میں کوئی نہیں ہو گھوڑے دے نزدیک آئے چھپو چھت پایا سجے ڈٹھس کھبے ڈٹھس تھک تو نہیں نہ گئے آسمان ال ویکیا تے میرے اللہ اج میں ہی ہو جا غریب میری رکاب نپن والا کوئی قاسم نو میں ہتھی چڑھایا اکبر نو میں ہتھی چڑھایا غازی نو میں آپ چڑھایا اور محمد نو میں چڑھایا ہن میں ہی ہو جا غریب میری رکاب نپن والا کوئی نہیں جبریل عباس دی شکل بن کے لتھے رکاب نپ کے آدھا بسم اللہ سردار چڑھا سید آدھا انہیں ٹبیا چو نکل جا متا میرے بچے چاچا چاچا کر کے جی میں چڑھے آئے سچڑے آئے ختم اوکھا چڑھے آئی سہرا آدھا بچڑا ترائے قدم گھوڑا ٹوریا رکے آئے سید آدھا تھک بھی ہیں یا تیرہ تو گھبرا گیا یا گرمی تو ڈر گیا او گھوڑا میں پیدل لگا ویسا میں علی دا پتر مگر او ویلا بھول گئی جڑا میری ماں تینے چھولی جدانے کھوایا تیری کانڈ تھپ کے آنکھیں سنہ دانے آدھی لات رکھ گھوڑا اپنی زبان اچھ بول گیا دا تھکیا نہیں آنکھیں تا پیشی دی نماز مدینے پڑھانا سیدہ دے کھلوتا کیوں آواز آئی میرے پیر ہے چوے سید ڈٹھے تے اگلے پیر انو سکینہ جب سیدہ دے کیوں آئیے بابا گھوڑے تے چڑھ کے نہیں گھوڑے تو لہ کے پوچھ مٹی تے پتوں ڈبے
صدقے جاوا شرم کر کے نہ رونا حرام دے پتر نو لے بیٹھے علی دا وجڑا ختم فوجا جھکی کوئی تیر کوئی تلوار کوئی نیزا تینو کچھ نہیں لبدا گرم ریت حسین دے زخماں تے سڑ گئے ایو جا مظلوم نے حسین بادشاہ نو لکھ چو کوئی بندہ نہیں جس حسین نو نہ مارو سکینہ کیا دی بابا سلام بابا کار پہ مار دی آواز ہے یہ مسلمان سید تیر چکے دین اسی نے نہ بٹھیا بچھا گلا بھی کرائی دی شمار کمی نہ آیا آگیا دا حسین اوکھے ملے دی بلو لی سیدہ دا کمی نہ اوکھے ملے بلائی آرے جا دیا دیا آپ پہ آبا دیا آپ تو رہے یا میں تو رہا سیدہ دا کانڈ کر میری بطول جا سکینہ پپیانو میرا سلام بڑا تو بھی منگ جی سید بیٹھے